ਸਤਿ ਸ੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਲੈ ਕੇ ਹਾਜ਼ਰ ਹਾਂ, ਮੈਂ ਹਾਂ ਹਰਮਨਪ੍ਰੀਤ ਕੌਰ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਰੇਡੀਓ ਸਾਡੇ ਵਾਲਾ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਕੁੰਵਰ ਵਿਜੈ ਪ੍ਰਤਾਪ ਹੋਰਾਂ ਦੀ ਗੱਲ ਕਰਦੇ ਆ ਜੀ। ਕੱਲ ਫਿਰ ਫਾਈਨਲੀ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਉਹਨਾਂ ਨੇ। ਹਾਂ ਬਿਲਕੁਲ ਜੀ, ਆਸ ਵੀ ਇਸ ਗੱਲ ਦੀ ਸੀ ਤੇ ਉਹਨਾਂ ਨੇ ਝਾੜੂ ਚੱਕ ਵੀ ਲਿਆ ਤੇ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਗੱਲ ਸਾਂਝੀ ਕੀਤੀ ਸੀ ਕਿ ਅੱਜ ਉਹ ਝਾੜੂ ਫੜ ਸਕਦੇ ਆ। ਕੱਲ ਅਰਵਿੰਦ ਕੇਜਰੀਵਾਲ ਹੋਰੀ ਦਿੱਲੀਓਂ ਆਏ, ਅੰਮ੍ਰਿਤਸਰ ਦੇ ਏਅਰਪੋਰਟ ਤੇ ਪਹੁੰਚੇ, ਉਹ ਸਰਕਟ ਹਾਊਸ ਦੇ ਵਿੱਚ ਗਏ ਤੇ ਗੱਲ ਦੇ ਵਿੱਚ ਕੁੰਵਰ ਵਿਜੈ ਪ੍ਰਤਾਪ ਦੇ ਪਰਦਾ ਪਾ ਕੇ ਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੀ ਕੁੰਵਰ ਵਿਜੈ ਪ੍ਰਤਾਪ ਦਾ ਰਾਜਨੀਤਿਕ ਸਫ਼ਰ ਸਫਲ ਰਹੂਗਾ ਜਾਂ ਨਹੀਂ। ਬਹੁਤ ਸਾਰੇ ਲੋਕਾਂ ਦੇ ਆਪੋ ਆਪਣੇ ਵਿਚਾਰ ਆ। ਅੱਜ ਤੱਕ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਿੱਚ ਜਿਹੜੇ ਵੀ ਪੁਲਿਸ ਅਧਿਕਾਰੀ ਜਾਂ ਜਿਹੜੇ ਹੋਰ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀ ਸ਼ਾਮਿਲ ਹੋਏ ਆ, ਉਹਨਾਂ ਦੇ ਵਿੱਚੋਂ ਕੁਝ ਫੀਸਦੀ ਹੀ ਕਾਮਯਾਬ ਹੋਏ ਆ, ਬਹੁਤਿਆਂ ਨੂੰ ਓਨੀ ਕਾਮਯਾਬੀ ਨਹੀਂ ਮਿਲੀ। ਉਹਦਾ ਕਾਰਨ ਇਹ ਆ ਵੀ ਜਿਹੜੇ ਅਧਿਕਾਰੀ ਆ ਉਹਨਾਂ ਦਾ ਕੰਮ ਢੰਗ ਵੱਖਰਾ ਹੁੰਦਾ, ਰਾਜਨੀਤੀ ਇੱਕ ਵੱਖਰੀ ਚੀਜ਼ ਆ। ਹੁਣ ਕੱਲ ਕੁੰਵਰ ਵਿਜੈ ਪ੍ਰਤਾਪ ਸ਼ਾਮਿਲ ਹੋਇਆ ਪਾਰਟੀ 'ਚ ਤੇ ਨਾਲ ਦੀ ਨਾਲ ਹੀ ਉਹਦੇ ਖਿਲਾਫ ਵਿਕਰਮ ਸਿੰਘ ਮਜੀਠੀਏ ਨੇ, ਸਾਧੂ ਸਿੰਘ ਧਰਮਸੋਤ ਨੇ ਤੇ ਹੋਰਨਾਂ ਨੇ ਮੋਰਚਾ ਖੋਲ ਲਿਆ ਤੇ ਮੇਰਾ ਖਿਆਲ ਆ ਵੀ ਜਿੰਨੀ ਉਹਦੀ ਕੱਲ ਕੱਲ ਦੇ ਵਿੱਚ ਆਲੋਚਨਾ ਹੋ ਗਈ ਆ ਤੇ ਪੂਰੇ ਉਹਦੇ ਅਧਿਕਾਰੀ ਹੁੰਦੇ ਆ, ਸਫ਼ਰ ਜਿਹੜਾ ਉਹਨੇ ਤੈਅ ਕੀਤਾ ਪੁਲਿਸ ਅਧਿਕਾਰੀ ਹੁੰਦੇ ਆ, ਉਹਦੇ ਵਿੱਚ ਉਹਦੀ ਇੰਨੀ ਆਲੋਚਨਾ ਕੁੱਲ ਸਫ਼ਰ ਦੇ ਵਿੱਚ ਨਹੀਂ ਹੋਈ ਹੋਣੀ। ਯਾਨੀ ਕਿ ਰਾਜਨੀਤੀ ਦੇ ਵਿੱਚ ਤਾਂ ਸਵਾਏ ਚਿੱਕੜ ਤੋਂ ਹੋਰ ਕੁੱਝ ਹੈ ਨੀਗਾ, ਬਾਕੀ ਵਕਤ ਦੱਸੂਗਾ ਵੀ ਉਹ ਕਿੰਨਾ ਕੁ ਸਫ਼ਲ ਹੁੰਦੇ ਆ। ਪਰ ਕੁੰਵਰ ਵਿਜੈ ਪ੍ਰਤਾਪ ਨੂੰ ਝਾੜੂ ਚੁਕਾ ਕੇ ਤੇ ਕੇਜਰੀਵਾਲ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਆ। ਪਹਿਲਾਂ ਤਾਂ ਇਹ ਆ ਕਿ ਮਾਝਾ ਖੇਤਰ ਦੇ ਵਿੱਚ 2017 ਦੇ ਵਿੱਚ ਵੀ ਪਾਰਟੀ ਕਮਜ਼ੋਰ ਸੀ ਤੇ ਅੱਜ ਵੀ ਬਹੁਤ ਕਮਜ਼ੋਰ ਆ। ਦੁਆਬੇ ਦੇ ਵਿੱਚ ਵੀ ਇਹੀ ਹਾਲ ਆ, ਮਾਲਵੇ ਦੇ ਵਿੱਚ 2017 ਦੇ ਵਿੱਚ ਮਜ਼ਬੂਤ ਸੀ ਤੇ ਅੱਜ ਵੀ ਜੇਕਰ ਥੋੜ੍ਹੀ ਬਹੁਤੀ ਮਜ਼ਬੂਤੀ ਹੈਗੀ ਤਾਂ ਇਕੱਲੇ ਮਾਲਵੇ ਦੇ ਵਿੱਚ ਹੀ ਆ ਆਮ ਆਦਮੀ ਪਾਰਟੀ ਦੀ। ਸੋ ਮਾਝੇ ਦੇ ਨਾਲ ਸੰਬੰਧਿਤ ਹੈਗੇ ਕੁੰਵਰ ਵਿਜੈ ਪ੍ਰਤਾਪ, ਇੱਕ ਤਾਂ ਸ਼ਾਇਦ ਇਸ ਕਰਕੇ ਉਹਨਾਂ ਨੂੰ ਕੋਈ ਫਾਇਦਾ ਹੋ ਜਾਵੇ ਕੇਜਰੀਵਾਲ ਨੂੰ ਕਿ ਜੀ ਹੁਣ ਮਾਝੇ ਦੇ ਵਿੱਚ ਇੱਕ ਵੱਡਾ ਚਿਹਰਾ ਦੇਤਾ ਤੇ ਇਹ ਪਾਰਟੀ ਨੂੰ ਉਧਰਲੇ ਪਾਸੇ ਮਜ਼ਬੂਤ ਕਰ ਲੂ। ਦੂਜਾ ਉਦੋਂ ਲਾਭ ਇਹ ਹੋ ਸਕਦਾ ਆਮ ਆਦਮੀ ਪਾਰਟੀ ਦੇ ਵੀ ਅਕਾਲੀਆਂ ਦੇ ਤੇ ਕਾਂਗਰਸੀਆਂ ਦੇ ਬੇਅਦਬੀ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਭੇਤ ਆ ਜਿਹੜੇ ਉਹ ਕੁੰਵਰ ਵਿਜੈ ਪ੍ਰਤਾਪ ਦੇ ਕੋਲ ਆ। ਸ਼ਾਇਦ ਉਹ ਆਉਂਦੇ ਸਮੇਂ ਦੇ ਵਿੱਚ ਕਈ ਖੁਲਾਸੇ ਵੀ ਕਰੇ ਕਿ ਭਾਈ ਕਿਵੇਂ ਮੈਨੂੰ ਰੋਕਿਆ ਗਿਆ, ਕਿਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਬੇਅਦਬੀ ਦੇ ਮਾਮਲੇ 'ਚ ਕਿਹਨੂੰ ਕਿਵੇਂ ਡੱਕਿਆ ਗਿਆ। ਸੋ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸ਼ਾਇਦ ਕੇਜਰੀਵਾਲ ਹੋਰਾਂ ਦੇ ਦਿਮਾਗ ਦੇ ਵਿੱਚ ਵੀ ਚੱਲ ਰਹੀਆਂ ਹੋਣ। ਪਰ ਕੱਲ ਜਦੋਂ ਕੇਜਰੀਵਾਲ ਹੋਰੀ ਇੱਥੇ ਆਏ, ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਉਦੋਂ ਉਹਨਾਂ ਦੇ ਤੇਵਰ ਬੜੇ ਤਿੱਖੇ ਸੀ। ਆਮ ਤੌਰ ਤੇ ਜੇਕਰ ਕੋਈ ਦੋ ਜਣੇ ਲੜਦੇ ਹੁਣ ਆਪਾਂ ਕਹਿੰਦੇ ਕੁੱਕੜਾਂ ਵਾਂਗੂ ਲੜਦੇ ਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਜਦੋਂ ਮਹਾਮਾਰੀ ਦੇ ਵਿੱਚ ਲੋਕ ਮਰ ਰਹੇ ਸੀ ਪੰਜਾਬ ਦੇ ਅੰਦਰ, ਤਾਂ ਪੰਜਾਬ ਦੀ ਸਰਕਾਰ ਦੇ ਕਈ ਜਿਹੜੇ ਆ ਮੰਤਰੀ ਤੇ ਕਈ ਵਿਧਾਇਕ ਆ ਜਿਹੜੇ ਇਹ ਕੁੱਤਿਆਂ ਬਿੱਲਿਆਂ ਵਾਂਗੂ ਲੜ ਰਹੇ ਸੀ। ਸੋ ਇੱਦਾਂ ਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਆ। ਤੇ ਬਾਕੀ ਇਹ ਉਹਨਾਂ ਨੇ ਕੱਲ ਗੱਲ ਕਹੀ ਹੈ ਜੀ ਕਿ ਅਸੀਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਹੀ ਅੱਗੇ ਵਧਾਂਗੇ ਤੇ ਉਹ ਸਿੱਖ ਚਿਹਰਾ ਹੀ ਹੋਊਗਾ ਜਿਹੜਾ ਅਸੀਂ ਐਲਾਨਾਂਗੇ। ਹੁਣ ਉਸ ਤੋਂ ਬਾਅਦ ਕਈ ਤਰ੍ਹਾਂ ਦੀ ਚਰਚਾ ਚੱਲ ਪਈ ਆ ਵੀ ਕੀ ਉਹ ਭਗਵੰਤ ਮਾਨ ਹੋਊ, ਕੀ ਉਹ ਜਰਨੈਲ ਸਿੰਘ ਹੋਊ ਜਾਂ ਕੋਈ ਹੋਰ ਹੋਊ। ਜੇ ਤਾਂ ਪਾਰਟੀ ਦੇ ਵਿੱਚ ਮੌਜੂਦਾ ਦਿਖਦੇ ਆ ਤਾਂ ਉਹਨਾਂ ਚਿਹਰਿਆਂ ਦੇ ਵਿੱਚ ਭਗਵੰਤ ਮਾਨ ਸਭ ਤੋਂ ਵੱਧ ਮਸ਼ਹੂਰ ਆ। ਤੇ ਜੇਕਰ ਕੋਈ ਹੋਰ ਲਿਆ ਕੇ ਇੱਥੇ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਫਿਰ ਜਿਹੜੇ ਹੁਣ ਤੱਕ ਭਗਵੰਤ ਮਾਨ ਆ ਜਾਂ ਹੋਰ ਜਿਹੜੇ ਜਿੰਨੇ ਵੀ ਨੇਤਾ ਉਹਨੂੰ ਕਿਵੇਂ ਬਰਦਾਸ਼ਤ ਕਰਨਗੇ, ਸਵਾਲ ਇਹ ਪੈਦਾ ਹੁੰਦਾ। ਕਿਉਂਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿੰਦੇ ਆ ਵੀ 6 ਸਾਲ ਪਹਿਲਾਂ ਬੰਦਾ ਆਇਆ ਸਾਡੀ ਪਾਰਟੀ 'ਚ ਤੇ ਸਿੱਧੂ ਮੂਸੇ ਡਿਪਟੀ ਸੀਐਮ ਕਿਵੇਂ ਬਣਾ ਦਈਏ, ਤਾਂ ਫਿਰ ਜੇਕਰ 6 ਮਹੀਨੇ ਪਹਿਲਾਂ ਕਿਸੇ ਹੋਰ ਪਾਰਟੀ ਦੇ ਵਿੱਚ ਜਾਊਗਾ ਸਿੱਧੂ ਜਾਂ ਕੋਈ ਵੀ ਹੋਰ ਚਿਹਰਾ, ਤਾਂ ਉਹਨੂੰ ਭਗਵੰਤ ਮਾਨ ਹੋਰੀ ਕਿਵੇਂ ਬਰਦਾਸ਼ਤ ਕਰਨਗੇ ਸੀਐਮ ਦੀ ਕੁਰਸੀ 'ਤੇ, ਸਵਾਲ ਇਹ ਆ। ਸੋ ਆਮ ਆਦਮੀ ਪਾਰਟੀ 'ਚ ਅੱਜ ਵੀ 3-4 ਮੁੱਖ ਮੰਤਰੀ ਤੁਰੇ ਫਿਰਦੇ ਆ, ਇਹ ਵਕਤ ਦੱਸੂਗਾ ਵੀ ਉਹਨਾਂ ਦੇ ਵਿੱਚ ਸੱਚੀ ਮੁੱਚੀ ਚਿਹਰਾ ਕੌਣ ਬਣਦਾ। ਜੀ ਬਿਲਕੁਲ। ਤੇ ਸਰ, ਦੂਸਰੇ ਬੰਨੇ ਪ੍ਰਕਾਸ਼ ਸਿੰਘ ਬਾਦਲ ਹੋਰੀ ਅੱਜ SIT ਦੇ ਸਾਹਮਣੇ ਪੇਸ਼ ਹੋਣਗੇ ਜੀ 22 ਜੂਨ। ਬਿਲਕੁਲ ਜੀ, ਅੱਜ ਉਹਨਾਂ ਨੇ ਪੇਸ਼ ਹੋਣਾ। ਜਦੋਂ ਤੱਕ ਇਹ ਖਬਰਾਂ ਸਾਡੇ ਸਰੋਤਿਆਂ ਤੱਕ ਪਹੁੰਚਣਗੀਆਂ ਉਦੋਂ ਤੱਕ ਉਹਨਾਂ ਨੇ ਗੱਲਬਾਤ ਵੀ ਕਰ ਲਈ ਹੋਣੀ ਆ, ਇਸ ਗੱਲ ਦੇ ਅੰਦਾਜ਼ਾ ਮੈਨੂੰ ਨਿੱਜੀ ਤੌਰ ਤੇ, ਕਿਉਂਕਿ ਅੱਜ ਉਹਨਾਂ ਨੇ 10:30 ਸਵੇਰੇ MLA ਫਲਾਈਟ ਜਿਹੜਾ ਹੈਗਾ ਚੰਡੀਗੜ੍ਹ ਵਾਲਾ ਤੇ ਉਸ ਥਾਂ ਦੇ ਉੱਤੇ SIT ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨੀ ਆ। ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀਗਾ ਤੇ ਸਵਾਲ ਜਵਾਬ ਅੱਜ SIT ਦੇ ਅਧਿਕਾਰੀ ਕਰਨਗੇ। ਪਹਿਲਾਂ ਵੀ ਸੱਦਿਆ ਗਿਆ ਸੀ ਬਾਦਲ ਹੋਰਾਂ ਨੂੰ, ਪਰ ਉਦੋਂ ਉਹਨਾਂ ਨੇ ਗੱਲ ਕਹੀ ਸੀ ਕਿ ਮੇਰੀ ਸਿਹਤ ਨਹੀਂ ਠੀਕ। ਉਸ ਤੋਂ ਬਾਅਦ ਅੱਜ ਦੀ ਤਰੀਕ ਦਿੱਤੀ ਸੀ ਯਾਨੀ ਕਿ 22 ਜੂਨ ਦੀ, ਤੇ ਅੱਜ 22 ਜੂਨ ਨੂੰ ਉਹ ਮਿਲਦੇ ਆ ਤਾਂ ਕੀ ਉੱਤਰ ਦਿੰਦੇ ਆ,
ਇਹ ਤਾਂ ਹੁਣ ਕੱਲ੍ਹ ਦੇ ਬੁਲੇਟਿਨ ਦੇ ਵਿੱਚ ਗੱਲ ਸਾਂਝੀ ਕਰਾਂਗੇ, ਪਰ ਸਵਾਲ ਇਹੀ ਹੈ ਵੀ ਬੇਅਦਬੀ ਦੇ ਮਾਮਲੇ ਦੇ ਵਿੱਚ ਕਿੰਨੀ ਕੁ ਦੇਰ ਤੱਕ ਇਹ ਸਾਰਾ ਕੁਝ ਹੁੰਦਾ ਰਹੂਗਾ? ਪੜਤਾਲਾਂ ਹੀ ਹੋਈ ਜਾਂਦੀਆਂ ਤੇ ਸਿੱਟੇ ਦੇ ਉੱਤੇ ਹਾਲੇ ਤੱਕ ਪਹੁੰਚਿਆ ਕੋਈ ਨੀ ਗਾ ਜੀ। ਬਿਲਕੁਲ, ਤੇ ਸਰ ਦੂਸਰੇ ਬੰਨੇ ਇਸ ਵੇਲੇ ਜੋ ਰੌਲਾ ਪੈ ਰਿਹਾ ਹੈ ਉਹਦੇ ਬਾਰੇ ਚ ਗੱਲ ਕਰਦੇ ਹਾਂ। ਵੈਸੇ ਤਾਂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕਿਹਾ ਜਾ ਰਿਹਾ ਸੀ ਕਿ ਸਾਰਾ ਕੁਝ ਠੀਕ ਹੋ ਜਾਊਗਾ, ਹੁਣ ਖਿਲਾਰਾ ਜਿਹੜਾ ਉਹ ਸਮੇਟ ਦਿੱਤਾ ਜਾਊਗਾ, ਪਰ ਨਵਜੋਤ ਸਿੰਘ ਸਿੱਧੂ ਫਿਰ ਤੋਂ ਇੱਕ ਵਾਰ ਹਮਲਾਵਰ ਰੁੱਖ ਉਹਨਾਂ ਨੇ ਅਪਣਾਇਆ ਤੇ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਫਿਰ ਤੋਂ ਬੋਲੇ ਨੇ। ਉਹਨਾਂ ਦਾ ਕਹਿਣਾ ਹੈ ਕਿ ਹਰ ਰੋਜ਼ ਕੈਪਟਨ ਸਾਹਿਬ ਝੂਠ ਤੇ ਸਿਰਫ ਝੂਠ ਹੀ ਬੋਲਦੇ ਨੇ। ਦੇਖੋ ਦੋ ਗੱਲਾਂ ਨੇ, ਇੱਕ ਤਾਂ ਇਹ ਹੈ ਕਿ ਅੱਜ ਰਾਹੁਲ ਗਾਂਧੀ ਨੇ ਪੰਜਾਬ ਦੇ ਕਈ ਵਿਧਾਇਕਾਂ ਤੇ ਪੰਜਾਬ ਦੇ ਕਈ ਮੰਤਰੀਆਂ ਨੂੰ ਸੱਦਿਆ ਹੋਇਆ ਦਿੱਲੀ ਦੇ ਵਿੱਚ। ਦੂਜੀ ਗੱਲ ਇਹ ਹੈ ਵੀ ਕੈਪਟਨ ਅਮਰਿੰਦਰ ਸਿੰਘ ਵੀ ਕੱਲ੍ਹ ਦੇ ਦਿੱਲੀ ਪਹੁੰਚੇ ਹੋਏ ਆ ਤੇ ਅੱਜ ਉਹਨਾਂ ਨੇ ਮਲਕਾਰਜਨ ਖੜਗੇ ਕਮੇਟੀ ਦੇ ਨਾਲ ਮੀਟਿੰਗ ਕਰਨੀ ਹੈ। ਹੁਣ ਜਿਹੜੀ ਹਾਈਕਮਾਨ ਆ ਉਹ ਇਸ ਮਾਮਲੇ ਦੇ ਉੱਤੇ ਜੋ ਲੜਾਈ ਆ ਪੰਜਾਬ ਦੇ ਵਿੱਚ ਚੱਲ ਰਹੀ, ਇਹਦੇ ਉੱਤੇ ਕੋਈ ਨਾ ਕੋਈ ਫੈਸਲਾ ਕੁਝ ਗੱਲ ਕਰਨ ਦੇ ਬਾਰੇ ਸੋਚ ਰਹੀ ਹੈ। ਇਹ ਫੈਸਲਾ ਕਿਹੜੇ ਪੱਖ ਦੇ ਵਿੱਚ ਹੋਊਗਾ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ, ਪਰ ਗੱਲ ਇਹ ਸਵਾਲਾਂ ਦਾ ਸਵਾਲ ਆ ਵੀ ਆਉਂਦੇ ਸਮੇਂ ਦੇ ਵਿੱਚ ਕੀ ਪੰਜਾਬ ਕਾਂਗਰਸ ਦੇ ਵਿੱਚ ਏਕਾ ਹੋ ਸਕੂਗਾ, ਕੀ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਸਾਰੇ ਮਸਲੇ ਹੱਲ ਹੋ ਸਕਣਗੇ। ਜੇਕਰ ਮਸਲਾ ਹੱਲ ਨਹੀਂ ਹੁੰਦਾ ਪੰਜਾਬ ਦੇ ਵਿੱਚ ਜੋ ਲੜਾਈ ਚੱਲ ਰਹੀ ਆ, ਤਾਂ ਇਹਦਾ ਫਿਰ ਕੀ ਸਿੱਟਾ ਨਿਕਲੂਗਾ, ਕੀ ਨਤੀਜਾ ਕੀ ਨਿਕਲੂਗਾ? ਵਿਰੋਧੀ ਪਾਰਟੀਆਂ ਵੀ ਇਸ ਗੱਲ ਦੇ ਉੱਤੇ ਟੇਕ ਲਾਈ ਬੈਠੀਆਂ ਵੀ ਇਹ ਆਪਸ ਦੇ ਵਿੱਚ ਲੜਦੇ ਹਟਦੇ ਆ ਜਾਂ ਹੋਰ ਲੜਦੇ ਆ, ਉਹਦੇ ਆਧਾਰ ਦੇ ਉੱਤੇ ਉਹਨਾਂ ਨੇ ਆਪਣੀ ਰਾਜਨੀਤੀ ਉਹ ਲਿਖਣੀ ਹੈ। ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਹੈਗੀ ਆ ਇਸ ਵਕਤ ਵੀ ਜਿਸ ਤਰੀਕੇ ਦੇ ਨਾਲ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਮੋਰਚਾ ਖੋਲਿਆ ਤੇ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਖੋਲਿਆ, ਉਹਨੇ ਤਾਂ ਇਹ ਵੀ ਗੱਲ ਕਹੀ ਆ ਵੀ ਜਿਹੜਾ ਮਸਲਾ 4.5 ਦਿਨ ਦੇ ਵਿੱਚ ਹੱਲ ਹੋ ਸਕਦਾ ਸੀ ਬੇਅਦਬੀ ਦਾ, ਤੇ ਇਹ 4.5 ਸਾਲ ਦੇ ਵਿੱਚ ਜਾਣ ਬੁੱਝ ਕੇ ਨਹੀਂ ਹੱਲ ਕੀਤਾ ਗਿਆ। ਉਹਨੇ ਤਾਂ ਇਹ ਵੀ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ ਇਸ ਵਕਤ ਕੁਝ ਵੀ ਨਹੀਂ ਚੰਗਾ ਹੋ ਰਿਹਾ। ਉਹਨੇ ਇਹ ਵੀ ਗੱਲ ਕਹਿਤੀ ਆ ਵੀ ਦੋ ਪਰਿਵਾਰ ਆ ਜਿਹੜੇ ਮਿਲ ਮਿਲਾ ਕੇ ਰਾਜਨੀਤੀ ਕਰ ਰਹੇ ਆ ਤੇ ਇਹ ਆਉਂਦੇ ਸਮੇਂ ਦੇ ਵਿੱਚ ਕਿੰਨੀ ਕੁ ਦੇਰ ਚੱਲੂਗੀ ਤੇ ਇਹ ਕੋਈ ਪੰਜਾਬ ਪੱਖੀ ਗੱਲ ਨਹੀਂ ਆ। ਸੋ ਇੱਦਾਂ ਦੀਆਂ ਗੱਲਾਂ ਉਹਦੇ ਵੱਲੋਂ ਕੀਤੀਆਂ ਜਾ ਰਹੀਆਂ, ਪਰ ਗੱਲ ਇਹ ਆ ਵੀ ਹਾਈਕਮਾਨ ਇਹਦੇ ਹੱਕ ਦੇ ਵਿੱਚ ਭੁਗਤਦੀ ਆ ਤੇ ਇਸ ਗੱਲ ਦੇ ਉੱਤੇ ਨਿਗਾਹ ਇਸ ਗੱਲ ਦੇ ਉੱਤੇ ਟਿਕੀ ਹੈ ਸਭ ਦੀ। ਸੋ ਨਵਜੋਤ ਸਿੰਘ ਸਿੱਧੂ ਜੇ ਤਾਂ ਕਾਂਗਰਸ ਦੇ ਵਿੱਚ ਹੀ ਰਹਿਣਾ ਚਾਹੁੰਦੇ ਆ ਤਾਂ ਹੁਣ ਕਾਂਗਰਸ ਹਾਈਕਮਾਨ ਤੋਂ ਬਿਨਾਂ ਉਹਦੇ ਕੋਲੇ ਰਾਹ ਕੋਈ ਨਹੀਂ ਗਾ, ਤੇ ਹਾਈਕਮਾਨ ਆ ਜਿਹੜੀ ਉਹ ਬਹੁਤ ਪੇਤਲੇ ਜਿਹੇ ਵਿਚਾਰ ਪੇਸ਼ ਕਰਦੀ ਹੈ, ਨਾ ਉੱਧਰ ਜੋਗੀ ਨਾ ਉੱਧਰ ਜੋਗੀ ਗੱਲ ਕੋਈ ਟਿਕਾਣੇ ਲਾਉਂਦੀ ਨਹੀਂ। ਤੇ ਜੇ ਆਪਾਂ ਦੂਜੀ ਗੱਲ ਮਹੱਤਵਪੂਰਨ ਕਰਦੇ ਕਿ ਜਿਹੜੀ ਹਾਈਕਮਾਨ ਆ ਉਹ ਸਿੱਧੂ ਨੂੰ ਮੌਕਾ ਦੇ ਦਿੰਦੀ ਹੈ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਗਰੁੱਪ ਦੇ ਪਰੇ ਹੋ ਜਾਣਾ, ਤੇ ਜੇ ਕੈਪਟਨ ਨੂੰ ਅਗਵਾਈ ਦਿੰਦੀ ਹੈ 20-22 ਦੀਆਂ ਵੀ ਤੇ ਫਿਰ ਸਿੱਧੂ ਧੜੇ ਨੇ ਬਿਟਰ ਜਾਣਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਆਉਂਦੇ ਸਮੇਂ 'ਚ ਹੋ ਸਕਦੀਆਂ, ਪਰ ਪੰਜਾਬ ਦੀ ਰਾਜਨੀਤੀ ਇਸ ਵਕਤ ਭੰਬਲ ਭੂਸੇ ਵਾਲੀ ਆ। ਬਹੁਤ ਸਾਰੇ ਸੱਜਣ ਫੋਨ ਕਰਕੇ ਪੁੱਛਦੇ ਆ ਵੀ ਕੀ ਬਣੂਗਾ, ਮੈਂ ਤਾਂ ਇੱਕੋ ਗੱਲ ਕਹਿ ਰਿਹਾ ਹੁੰਦਾ ਵੀ ਇਹਨਾਂ ਨੇ ਤਾਂ ਕੁਝ ਨਾ ਕੁਝ ਬਣ ਹੀ ਜਾਣਾ, ਆਪਣਾ ਕੀ ਬਣੂਗਾ ਸਿਰਫ ਆਪਾਂ ਇਹ ਸੋਚੀਏ ਪਹਿਲਾਂ ਜੀ। ਜੀ ਬਿਲਕੁਲ ਗੱਲ ਸਹੀ ਹੈ ਜੀ। ਦੂਸਰੇ ਬੰਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਇੱਕ ਪੋਸਟ ਇਸ ਵੇਲੇ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਹਦੇ ਵਿੱਚ ਉਹਨਾਂ ਨੇ ਵਿਧਾਇਕ ਪੁੱਤਰਾਂ ਨੂੰ ਸਵੈ ਇੱਛਾ ਦੇ ਅਨੁਸਾਰ ਨੌਕਰੀਆਂ ਛੱਡਣ ਦੀ ਸਲਾਹ ਦਿੱਤੀ ਹੈ ਜੀ। ਬਿਲਕੁਲ ਜੀ, ਗੱਲ ਇਹ ਹੈ ਕਿ ਵਿਧਾਇਕ ਪੁੱਤਰਾਂ ਨੂੰ ਉਹਨਾਂ ਨੇ ਨੌਕਰੀਆਂ ਛੱਡਣ ਦੀ ਸਲਾਹ ਦਿੱਤੀ ਹੈ। ਉਹਦਾ ਕਾਰਨ ਇਹ ਹੈਗਾ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਆ, ਜੋ ਜੋ ਕੁਝ ਇਸ ਵਕਤ ਆਪਾਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਵੀ ਰਾਕੇਸ਼ ਪਾਂਡੇ ਤੇ ਫਤਿਹ ਜੰਗ ਸਿੰਘ ਬਾਜਵਾ ਦੋਵਾਂ ਦੇ ਪੁੱਤਾਂ ਨੂੰ ਨੌਕਰੀਆਂ ਤਾਂ ਦਿੱਤੀਆਂ, ਪਰ ਇੱਕ ਨੂੰ ਬਣਾ ਤਾ ਇੰਸਪੈਕਟਰ, ਦੂਜੇ ਨੂੰ ਕਹਿੰਦੇ ਵੀ ਆਪਾਂ ਨਾਇਬ ਤਹਿਸੀਲਦਾਰ ਲਾ ਦੇਣਾ। ਇਸ ਤੋਂ ਬਾਅਦ ਕਾਂਗਰਸ ਦੇ ਵਿੱਚ ਹੀ ਵਿਰੋਧ ਤਾਂ ਸ਼ੁਰੂ ਹੋ ਗਈ ਹੈ। ਜਿਹੜੇ ਕਾਂਗਰਸ ਦੇ ਕਈ ਵਿਧਾਇਕ ਤੇ ਮੰਤਰੀ ਆ ਉਹ ਕਹਿੰਦੇ ਵੀ ਭਾਈ ਅੰਨਾ ਵੱਡੇ ਸ਼ੀਰ ਨੀ ਮੁੜ ਮੁੜ ਆਪਣਿਆਂ ਨੂੰ ਇਹ ਕੰਮ ਨਹੀਂ ਹੋਣਾ ਚਾਹੀਦਾ, ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਵੀ ਨਾ, ਜਿਹੜੀ ਮੈਂ ਗੱਲ ਕਰਨੀ ਸੀ ਕਰਤੀ, ਆਪਾਂ ਇਸ ਤੋਂ ਬਦਲਣਾ ਨੀ ਗਾ, ਇਹ ਨਿਯੁਕਤੀਆਂ ਰੱਦ ਨਹੀਂ ਹੋਣਗੀਆਂ। ਹੁਣ ਤੀਜੀ ਮਹੱਤਵਪੂਰਨ ਗੱਲ ਇਹ ਹੈ ਵੀ ਜਦੋਂ ਰੌਲਾ ਪੈ ਗਿਆ ਕਾਂਗਰਸ ਦੀ ਬਦਨਾਮੀ ਬਹੁਤ ਹੋ ਰਹੀ ਆ ਵੀ ਤਰਸ ਇਹਨਾਂ ਨੂੰ ਕਰੋੜਪਤੀਆਂ ਦੇ ਉੱਤੇ ਕਿਉਂ ਆਉਂਦਾ? ਰਾਕੇਸ਼ ਪਾਂਡੇ 6ਵੀਂ ਵਾਰ ਵਿਧਾਇਕ ਆ, ਉਹਨਾਂ ਦੇ ਉੱਤੇ ਕਿਹੜੀ ਗੱਲੋਂ ਤਰਸ ਆਉਂਦਾ ਤੇ ਆਮ ਲੋਕਾਂ ਦੇ ਉੱਤੇ ਤਰਸ ਕਿਹੜੀ ਗੱਲੋਂ ਨਹੀਂ ਆਉਂਦਾ? ਉਸੇ ਤਰੀਕੇ ਨਾਲ ਫਤਿਹ ਜੰਗ ਸਿੰਘ ਬਾਜਵਾ ਵੀ ਕਰੋੜਪਤੀ ਆ ਤੇ ਉਹਨਾਂ ਦੇ ਉੱਤੇ ਤਰਸ ਆਉਂਦਾ ਤੇ ਬਾਕੀਆਂ ਦੇ ਉੱਤੇ ਕਿਉਂ ਨਹੀਂ ਆਉਂਦਾ? ਹੋਰ ਕਮਾਲ ਦੀ ਗੱਲ ਇਹ ਹੈ ਇਹਨਾਂ ਦੋਹਾਂ ਮੁੰਡਿਆਂ ਨੂੰ ਜਿਹਨਾਂ ਨੂੰ ਨੌਕਰੀ ਦੇਣ ਲੱਗੇ ਆ, ਇਹਨਾਂ ਦੇ ਦਾਦੇ ਜਦੋਂ ਹਮਲੇ ਦੇ ਵਿੱਚ ਮਾਰੇ ਗਏ ਤਾਂ ਉਹਨਾਂ ਦੇ ਨਾਲ ਕਈ ਹੋਰ ਲੋਕ ਵੀ ਮਾਰੇ ਗਏ ਸੀ, ਫਿਰ ਉਹਨਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀਆਂ ਕਿਉਂ ਨਹੀਂ ਮਿਲਦੀਆਂ? ਸਵਾਲ ਇਹ ਵੀ ਪੈਦਾ ਹੁੰਦਾ। ਸੋ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦੇ ਨਾਂ ਦੇ ਉੱਤੇ ਕਾਂਗਰਸ ਵੀ ਪਾਟ ਗਈ ਆ, ਪੰਜਾਬ ਦੇ ਲੋਕਾਂ ਦੇ ਵਿੱਚ ਬਦਨਾਮੀ ਵੀ ਬਹੁਤ ਹੋ ਰਹੀ ਆ ਤੇ ਮੁਲਾਜ਼ਮ ਵਰਗ ਵੀ ਭੜਕਿਆ ਹੋਇਆ, ਜਿਹਦੇ ਕਰਕੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਭਰਾ ਤੇ ਰਾਕੇਸ਼ ਪਾਂਡੇ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਆਪਣੀ ਸਵੈ ਇੱਛਾ ਦੇ ਮੁਤਾਬਕ ਜੇਕਰ ਪੁੱਤਾਂ ਦੀਆਂ ਨੌਕਰੀਆਂ ਛੱਡਦੇ ਹੋ
ਤਾਂ ਇਹ ਵੀ ਇੱਕ ਬਹੁਤ ਚੰਗੀ ਗੱਲ ਹੋਊਗੀ, ਕਿਉਂਕਿ ਕਾਂਗਰਸ ਦੇ ਵੱਲੋਂ ਜੋ ਮਾਣ ਸਨਮਾਨ ਦਿੱਤਾ ਗਿਆ ਜਾਂ ਦਿੱਤਾ ਜਾ ਰਿਹਾ ਇਹ ਵੀ ਕੋਈ ਛੋਟੀ ਗੱਲ ਨਹੀਂ ਆ। ਸੋ ਇੱਦਾਂ ਦੀਆਂ ਗੱਲਾਂ ਹੈਗੀਆਂ। ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਇਹ ਬਿਆਨ ਆ ਇਹ ਵੀ ਕਾਫੀ ਚਰਚਾ ਦੇ ਵਿੱਚ ਹੈਗਾ ਵੀ ਉਹਨੇ ਆਪਣੇ ਭਤੀਜੇ ਦੀ ਨੌਕਰੀ ਛੁਡਵਾਉਣ ਦੀ ਵੀ ਗੱਲ ਕੀਤੀ ਆ। ਉਹਨੇ ਆਪਦੇ ਭਰਾ ਨੂੰ ਕਿਹਾ ਵੀ ਭਾਈ ਤੂੰ ਵੀ ਨੌਕਰੀ ਛੱਡਣ ਦੇ ਲਈ ਮੁੰਡੇ ਨੂੰ ਕਹਿ ਦੇ। ਤੇ ਉਧਰ ਰਾਕੇਸ਼ ਪਾਂਡੇ ਨੂੰ ਵੀ ਕਿਹਾ ਵੀ ਤੁਸੀਂ ਇਸ ਨੌਕਰੀ ਨੂੰ ਕਬੂਲ ਨਾ ਕਰੋ, ਸਵੈ ਇੱਛਾ ਦੇ ਮੁਤਾਬਕ ਛੱਡ ਦਿਓ, ਕਿਉਂਕਿ ਇਸ ਵਕਤ ਜ਼ਰੂਰਤ ਇਸ ਗੱਲ ਦੀ ਹੈ ਵੀ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਰਹਿਣਾ ਚਾਹੀਦਾ ਜੀ। ਜੀ, ਤੇ ਅੱਜ ਕੱਲ ਵੈਸੇ ਇਹਨਾਂ ਦੇ ਤੇਵਰ ਥੋੜੇ ਜਿਹੇ ਨਰਮ ਹੋਏ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪ੍ਰਤੀ। ਵੈਸੇ ਤਾਂ ਚਾਹੇ ਇਹ ਮੁਕਰੀ ਜਾਂਦੇ ਨੇ ਕਿ ਕੋਈ ਮੀਟਿੰਗ ਨਹੀਂ ਹੋਈ, ਕੋਈ ਮੀਟਿੰਗ ਨਹੀਂ ਹੋਈ, ਪਰ ਫਿਰ ਵੀ ਅੱਗੇ ਜਿਵੇਂ ਸ਼ਰੇਆਮ ਇਹਨਾਂ ਦੇ ਮੂੰਹੋਂ ਕੈਪਟਨ ਸਾਹਿਬ ਦਾ ਨਾਮ ਨਿਕਲਦਾ ਹੁੰਦਾ ਸੀ, ਇਹ ਕੋਈ ਨਾ ਕੋਈ ਬਿਆਨ ਦਿੰਦੇ ਹੁੰਦੇ ਸੀ, ਅੱਜ ਕੱਲ ਬਾਜਵਾ ਸਾਹਿਬ ਥੋੜੇ ਠੰਡੇ ਪਏ ਹੋਏ ਨੇ। ਹਾਂ ਬਿਲਕੁਲ ਜੀ, ਬਾਜਵਾ ਸਾਹਿਬ ਦੇ ਚੁੱਪ ਰਹਿਣ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਤਿੱਖੇ ਤੇਵਰ ਨਾ ਅਪਣਾਉਣ ਦੇ ਅੰਦਰ ਖਾਤੇ ਤਾਂ ਕਈ ਕਾਰਨ ਹੋ ਸਕਦੇ ਆ, ਪਰ ਇੱਕ ਤਾਂ ਕਾਰਨ ਸ਼ਾਇਦ ਇਹ ਵੀ ਹੋਵੇ ਵੀ ਭਾਈ ਭਤੀਜੇ ਨੂੰ ਨੌਕਰੀ ਮਿਲ ਰਹੀ ਹੈ, ਦੂਜਾ ਕਾਰਨ ਸ਼ਾਇਦ ਇਹ ਵੀ ਹੈ ਵੀ ਮਾਝੇ ਦੇ ਵਿੱਚ ਸਰਦਾਰੀ ਮਿਲ ਰਹੀ ਹੈ। ਅੰਦਾਜ਼ੇ ਹੈ ਇਸ ਗੱਲ ਦੇ ਵੀ ਜਦੋਂ ਪੰਜਾਬ ਦੇ ਦੋ ਕੈਬਨਿਟ ਮੰਤਰੀ ਜਿਹੜੇ ਕਿ ਮਾਝਾ ਖੇਤਰ ਨਾਲ ਸੰਬੰਧਿਤ ਹੈ, ਸੁਖ ਸਰਕਾਰੀਆ ਤੇ ਸੁਖਜਿੰਦਰ ਸਿੰਘ ਰੰਧਾਵਾ, ਇਹ ਜਦੋਂ ਦੋਨੋਂ ਜਾਣੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆ ਤੇ ਉਹਨਾਂ ਦੀ ਸੋਚ ਤੇ ਉਹਨਾਂ ਦੀ ਕਾਰਜਸ਼ੈਲੀ ਦੇ ਉੱਤੇ ਸਵਾਲ ਖੜੇ ਕਰਦੇ ਆ, ਤਾਂ ਫਿਰ ਹੋ ਸਕਦਾ ਜੀ ਕਿ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਪਰਿਵਾਰ ਨੂੰ ਮੂਹਰੇ ਕਰ ਦਿੱਤਾ ਜਾਵੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ। ਮੰਨਿਆ ਇਹ ਜਾ ਰਿਹਾ ਵੀ ਜਿਹੜੇ ਪੁਰਾਣੇ ਟਕਸਾਲੀ ਆ ਇਹਨਾਂ ਟਕਸਾਲੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਫਿਰ ਨਾਲ ਜੋੜ ਰਹੇ ਆ। ਭੱਠਲ ਧੜੇ ਨੂੰ ਅੱਜ ਤੱਕ ਬਿਲਕੁਲ ਖੁੱਡੇ ਲਾ ਕੇ ਰੱਖਿਆ ਸੀ, ਪਰ ਹੁਣ ਹੋ ਸਕਦਾ ਭੱਠਲ ਧੜੇ ਨੂੰ ਵੀ ਮਾਣ ਸਨਮਾਨ ਮਿਲ ਜੇ। ਬਾਜਵਾ ਗਰੁੱਪ ਨੂੰ ਖੁੱਡੇ ਲਾ ਕੇ ਰੱਖਿਆ, ਹੋ ਸਕਦਾ ਹੁਣ ਬਾਜਵਾ ਗਰੁੱਪ ਨੂੰ ਵੀ ਮਾਣ ਸਨਮਾਨ ਮਿਲ ਜੇ। ਸੋ ਇੱਦਾਂ ਦੇ ਅੰਦਾਜ਼ੇ ਹੈਗੇ ਆ ਤੇ ਸ਼ਾਇਦ ਇਹਨਾਂ ਮਾਨਾਂ ਸਨਮਾਨਾਂ ਦੇ ਬਾਬਤ ਲੋਕਾਂ ਦੇ ਮਨ ਦੇ ਸਵਾਲ ਆ ਵੀ ਤਾਂ ਕਰਕੇ ਹੀ ਪ੍ਰਤਾਪ ਸਿੰਘ ਬਾਜਵਾ ਤਿੱਖੇ ਤੇਵਰ ਸ਼ਾਇਦ ਨਾ ਅਪਣਾਉਂਦੇ ਹੋਣ। ਜੀ, ਪਰ ਇੱਕ ਬੜੀ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਹੈ ਕਿ ਅਕਾਲੀਆਂ ਨੇ ਰਾਕੇਸ਼ ਪਾਂਡੇ ਦਾ ਮੂੰਹ ਮਿੱਠਾ ਕਰਾਇਆ ਜੀ। ਹਾਂ ਬਿਲਕੁਲ ਜੀ, ਅਸਲ ਦੇ ਵਿੱਚ ਗੱਲ ਇਹ ਆ ਵੀ ਅਕਾਲੀਆਂ ਦੇ ਵੱਲੋਂ ਬੜੇ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਦੋਵਾਂ ਦੀ ਨਿਯੁਕਤੀ ਦੇ ਮਾਮਲੇ ਦੇ ਉੱਤੇ, ਵਿਧਾਇਕਾਂ ਦੇ ਪੁੱਤਾਂ ਦੀ ਨੌਕਰੀ ਦੇ ਮਾਮਲੇ ਤੇ। ਕੱਲ ਅਕਾਲੀ ਦਲ ਯੂਥ ਦੇ ਬਹੁਤ ਸਾਰੇ ਜਿਹੜੇ ਵਰਕਰ ਤੇ ਆਗੂ ਆ ਉਹ ਰਾਕੇਸ਼ ਪਾਂਡੇ ਦੇ ਕੋਠੀ ਦੇ ਮੂਹਰੇ ਤੇ ਬਾਹਰ ਆ ਗਏ ਤੇ ਪਾਂਡੇ ਹੋਰੀ ਵੀ ਬਾਹਰ ਨਿਕਲੇ ਆਏ ਤੇ ਉਹ ਲੱਡੂਆਂ ਦੇ ਡੱਬੇ ਲੈ ਕੇ ਆਏ ਸੀ ਤੇ ਉਹਨਾਂ ਨੇ ਰਾਕੇਸ਼ ਪਾਂਡੇ ਦਾ ਮੂੰਹ ਮਿੱਠਾ ਕਰਵਾਇਆ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਮੁੰਡੇ ਨੂੰ ਨੌਕਰੀ ਮਿਲ ਗਈ ਆ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤਾਂ ਚਲੋ ਤਰਸ ਦੇ ਆਧਾਰ ਤੇ ਨੌਕਰੀ ਮਿਲ ਗਈ ਆ, ਘਰ ਘਰ ਨੌਕਰੀ ਨਾ ਮਿਲੇ ਸੀ ਪਰ ਤੁਹਾਡੇ ਘਰਾਂ ਦੇ ਵਿੱਚ ਤਾਂ ਨੌਕਰੀ ਆਈ। ਅਸਲ ਦੇ ਵਿੱਚ ਮੂੰਹ ਮਿੱਠਾ ਕਰਵਾਇਆ ਵਿਅੰਗਮਈ ਰੂਪ ਦੇ ਵਿੱਚ, ਇੱਕ ਨਿਸ਼ਾਨਾ ਲਾਉਣ ਦੇ ਰੂਪ ਦੇ ਵਿੱਚ ਵੀ ਮੁਬਾਰਕਾਂ ਭਾਈ ਤੁਹਾਡੇ ਤਾਂ ਮੂੰਹ ਮਿੱਠੇ ਹੋ ਗਏ ਆ, ਲੋਕਾਂ ਦੇ ਮੂੰਹ ਦੇ ਵਿੱਚ ਭਾਵੇਂ ਸਪਰੇਅ ਪੈਂਦੀ ਹੋਵੇ ਪਰ ਤੁਹਾਡੇ ਮੂੰਹ ਦੇ ਵਿੱਚ ਤਾਂ ਲੱਡੂ ਪੈਣਾ ਚਾਹੀਦਾ। ਸੋ ਇੱਦਾਂ ਦੀਆਂ ਗੱਲਾਂ, ਸੋ ਇਸ ਮੁੱਦੇ ਦੇ ਉੱਤੇ ਬਹੁਤ ਵੱਡੀ ਰਾਜਨੀਤੀ ਭੱਖੀ ਹੋਈ ਆ ਤੇ ਹਾਲੇ ਮੈਨੂੰ ਜਾਪਦਾ ਵੀ ਇਹ ਹੋਰ ਭੱਖੂਗੀ। ਜੀ ਬਿਲਕੁਲ, ਤੇ ਸਰ ਹਰਿਆਣਾ ਕਮੇਟੀ ਦਾ ਜਿਹੜਾ ਵਫਦ ਹੈ ਉਹ ਕਿਸਾਨੀ ਮਸਲੇ ਤੇ ਅੱਜ ਖੱਟਰ ਹੋਰਾਂ ਦੇ ਨਾਲ ਮੁਲਾਕਾਤ ਕਰੇਗਾ ਜੀ। ਬਿਲਕੁਲ ਜੀ, ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਆ, ਉਹਦੇ ਵੱਲੋਂ ਅੱਜ ਮੀਟਿੰਗ ਕੀਤੀ ਜਾਣੀ ਆ ਤੇ ਮਨੋਹਰ ਲਾਲ ਖੱਟੜ ਦੇ ਨਾਲ। ਪਿਛਲੇ ਦਿਨ ਵੀ ਦਾਦੂਵਾਲ ਨੇ ਗੱਲ ਕਹੀ ਸੀ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਕਿਸਾਨੀ ਮੁੱਦੇ ਦੇ ਹੱਲ ਵਾਸਤੇ ਖੱਟੜ ਦੇ ਨਾਲ ਮੁਲਾਕਾਤ ਕਰਾਂਗੇ ਤਾਂ ਜੋ ਉਹ ਕਿਸਾਨਾਂ ਤੇ ਕੇਂਦਰ ਦੀ ਸਰਕਾਰ ਦਰਮਿਆਨ ਪੁਲ ਦੀ ਭੂਮਿਕਾ ਅਦਾ ਕਰਨ। ਤੇ ਅੱਜ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਆ ਜਿਹੜੇ ਜਾਂ ਵਰਕਰ ਆ ਜਿਹੜੇ ਉਹ ਵਫਦ ਦੇ ਰੂਪ ਦੇ ਵਿੱਚ ਦਾਦੂਵਾਲ ਦੀ ਅਗਵਾਈ ਦੇ ਵਿੱਚ ਮਨੋਹਰ ਲਾਲ ਖੱਟੜ ਨੂੰ ਮਿਲਣਗੇ ਤੇ ਬਾਕੀ ਵਕਤ ਦੱਸੂਗਾ। ਹੁਣ ਤੱਕ ਤਾਂ ਖੱਟੜ ਹੋਈ ਇੱਕੋ ਗੱਲ ਕਹੀ ਜਾਂਦੇ ਆ ਵੀ ਕਿਸਾਨ ਹੀ ਗਲਤ ਹਨ, ਇਹ ਕਿਸਾਨ ਹਨ ਹੀ ਨਹੀਂ, ਕਾਨੂੰਨ ਬਹੁਤ ਵਧੀਆ ਹਨ, ਫਲਾਂ ਹੈ ਢੀਂਗ ਹੈ, ਉਹਨਾਂ ਦੀ ਸੋਚ ਦੇ ਵਿੱਚ ਕੀ ਤਬਦੀਲੀ ਆਊਗੀ, ਉਹ ਕੀ ਆਉਂਦੇ ਸਮੇਂ ਦੇ ਵਿੱਚ ਪਾਸਾ ਪਲਟਦੇ ਇਸ ਮਾਮਲੇ 'ਚ, ਕੀ ਉਹ ਸੱਚੀ ਮੁੱਚੀ ਕਿਸਾਨੀ ਮਸਲੇ ਨੂੰ ਅਹਿਮੀਅਤ ਦਿੰਦੇ ਆ, ਇਹ ਉਹਨਾਂ ਨੇ ਆਪਣੇ ਮੂੰਹੋਂ ਬਿਆਨ ਕਰਨਾ ਜਾਂ ਉਹਨਾਂ ਦੇ ਵੱਲੋਂ ਲਏ ਗਏ ਫੈਸਲੇ ਬਿਆਨ ਕਰਨਗੇ। ਪਰ ਅੱਜ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨ ਅੰਦੋਲਨ ਦੇ ਮੁੱਦੇ ਦੇ ਉੱਤੇ, ਕਿਸਾਨੀ ਮੰਗਾਂ ਦੇ ਮਾਮਲੇ ਦੇ ਉੱਤੇ ਮਨੋਹਰ ਲਾਲ ਖੱਟਰ ਦੇ ਨਾਲ ਮੁਲਾਕਾਤ ਕਰਨ ਜਾ ਰਹੀ ਹੈ। ਜੀ, ਪਰ ਦੂਸਰੇ ਬੰਨੇ ਬੜੇ ਸਖਤ ਲਹਿਜੇ ਦੇ ਵਿੱਚ ਰਾਕੇਸ਼ ਟਕੈਤ ਹੋਰਾਂ ਨੇ ਵੀ ਕਹਿ ਦਿੱਤਾ ਵੀ ਸਰਕਾਰ ਮੰਨਣ ਵਾਲੀ ਨਹੀਂ, ਇਹਨਾਂ ਦਾ ਇਲਾਜ ਕਰਨਾ ਪੈਣਾ ਤੇ ਆਪਣੇ ਟਰੈਕਟਰਾਂ ਨੂੰ ਤਿਆਰ ਰੱਖਣ ਕਿਸਾਨ। ਮੈਂ ਨਾ ਇਸ ਗੱਲ ਦੇ ਉੱਤੇ ਬੜਾ ਹੈਰਾਨ ਹੋਇਆ, ਟੋਰਾਂਟੋ ਦੇ ਵਿੱਚ ਜਿਹੜਾ ਭਾਰਤੀ ਕੌਂਸਲੇਟ ਆ ਉਹਦੇ ਵੱਲੋਂ ਉੱਥੋਂ ਦੀ ਸਰਕਾਰ ਨੂੰ ਇੱਕ ਚਿੱਠੀ ਲਿਖੀ ਗਈ ਆ ਵੀ ਇੱਥੋਂ ਦੇ ਜਿਹੜੇ ਟੋਰਾਂਟੋ ਦੇ ਤਿੰਨ ਚਾਰ ਜ਼ਿਲ੍ਹੇ ਆ ਜਿਹੜੇ ਉਹਨਾਂ ਦੇ ਵਿੱਚ ਵਿਦਿਆਰਥੀਆਂ ਦੇ ਪਾਠਕ੍ਰਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਕਿਸਾਨ ਅੰਦੋਲਨ ਬਾਰੇ ਚੈਪਟਰ, ਇਹਨੂੰ ਹਟਾਇਆ ਜਾਵੇ, ਇਹਨੂੰ ਖਤਮ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਨਫ਼ਰਤ ਪੈਦਾ ਹੁੰਦੀ ਹੈ, ਇਹਦੇ ਨਾਲ ਜ਼ਹਿਰ ਬੀਜੀ ਜਾ ਰਹੀ ਹੈ ਵਿਦਿਆਰਥੀਆਂ ਦੇ ਮਨ। ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਹਾਂ
ਇਹ ਭਾਰਤੀ ਕੌਂਸਲ ਹੈ ਤੇ ਕਿਉਂਕਿ ਇਹ ਮੋਦੀ ਸਰਕਾਰ ਦੇ ਨਾਲ ਸਿੱਧੇ ਸੰਬੰਧ ਦੇ ਵਿੱਚ ਹੁੰਦੇ ਆ, ਵਰਤਮਾਨ ਭਾਰਤ ਦੀ ਸਰਕਾਰ ਦੇ ਸੰਬੰਧ ਦੇ ਵਿੱਚ ਆ, ਇਸ ਕਰਕੇ ਉੱਥੇ ਜਾ ਕੇ ਵੀ ਆਪਾਂ ਕੁਫਰ ਦਾ ਕਾਰੋਬਾਰ ਕਰਦੇ ਹਾਂ। ਜਿਹੜੀ ਸੱਚਾਈ ਉਹਦੇ ਉੱਤੇ ਪਰਦਾ ਪੈ ਜਾਏ, ਆਪਾਂ ਇਹ ਕੋਸ਼ਿਸ਼ਾਂ ਕਰ ਰਹੇ ਹਾਂ, ਜਦਕਿ ਚਾਹੀਦਾ ਇਹ ਹੈ ਕਿ ਜੋ ਸੱਚਾਈ ਆ ਉਹ ਤਾਂ ਸੱਚਾਈ ਆ। ਹੁਣ ਜਿਵੇਂ ਕੌਂਸਲੇਟ ਸਾਹਿਬ ਉੱਥੇ ਗੱਲ ਕਹਿ ਰਹੇ ਆ, ਉਹ ਵੀ ਭਾਰਤ ਦਾ ਗੋਦੀ ਮੀਡੀਆ ਕਰਦਾ, ਇਹ ਤਾਂ ਗੋਦੀ ਮੀਡੀਆ ਬਣਾਉਣ ਨੂੰ ਫਿਰਦੇ ਨਾ, ਮਤਲਬ ਵੀ ਭਾਈ ਆਹ ਵਿੱਚ ਚੈਪਟਰ ਦੇ ਗਲੀ ਦੇ ਸ਼ਾਮਿਲ ਕਰੋ, ਕਿਸੇ ਨੂੰ ਪਤਾ ਹੀ ਨਾ ਲੱਗੇ। ਪਰ ਜਿਹੜੀ ਤੁਸੀਂ ਗੱਲ ਪੁੱਛੀ ਹੈ ਕੱਲ ਰਾਕੇਸ਼ ਟਿਕੈਤ ਹੋਰਾਂ ਨੇ ਕਿਹਾ, ਉਹ ਕਹਿੰਦੇ ਵੀ ਅਸਲ ਦੇ ਵਿੱਚ ਕੇਂਦਰ ਦੀ ਸਰਕਾਰ ਇੰਨੀ ਛੇਤੀ ਬਣਨ ਵਾਲੀ ਜਾਪਦੀ ਨਹੀਂ, ਤੁਸੀਂ ਆਪਣੇ ਟਰੈਕਟਰ ਤਿਆਰ ਰੱਖੋ, ਤੇਲ ਪਾਣੀ ਫੁੱਲ ਕਰਕੇ ਰੱਖੋ, ਟਾਇਰਾਂ 'ਚ ਹਵਾ ਭਰਾ ਕੇ ਰੱਖੋ, ਕਿਸੇ ਵੀ ਵੇਲੇ ਆਪਾਂ ਨੂੰ ਚੜ੍ਹਾਈ ਕਰਨੀ ਪੈ ਸਕਦੀ ਹੈ। ਟਿਕੈਤ ਹੋਰਾਂ ਨੇ ਇਹੀ ਗੱਲ ਪਹਿਲਾਂ ਵੀ ਕਈ ਵਾਰ ਕਹੀ ਹੈ, ਹਾਲੇ ਤੱਕ ਕੋਈ ਪ੍ਰੋਗਰਾਮ ਦਿੱਤਾ ਨਹੀਂ ਗਾ ਵੱਡਾ। 26 ਜੂਨ ਨੂੰ 7ਵਾਂ ਮਹੀਨਾ ਪੂਰਾ ਹੋ ਜਾਣਾ, 7 ਮਹੀਨੇ ਪੂਰੇ ਹੋ ਜਾਣੇ ਆ, ਤੇ ਉਸ ਦਿਨ ਵੀ ਕਾਫੀ ਵੱਡੇ ਪ੍ਰੋਗਰਾਮ ਉਲੀਕੇ ਗਏ ਆ। ਪਰ ਇਸ ਵਕਤ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਕਿਸਾਨ ਆ, ਨੌਜਵਾਨ ਆ, ਭੈਣਾਂ ਵੀਰ ਆ, ਉਹ ਇੱਕੋ ਗੱਲ ਕਹਿੰਦੇ ਜੀ ਕਿ ਜੇਕਰ ਸਾਨੂੰ ਕੋਈ ਪ੍ਰੋਗਰਾਮ ਵੱਡਾ ਦਿੱਤਾ ਜਾਵੇ ਤਾਂ ਪੰਜਾਬ, ਹਰਿਆਣੇ ਤੇ ਹੋਰ ਵੱਖ ਵੱਖ ਥਾਵਾਂ ਤੋਂ ਕੱਲਾ ਕੱਲਾ ਕਿਸਾਨ ਇੱਥੇ ਪਹੁੰਚ ਜਾਏ। ਪਰ ਜੇਕਰ ਇੱਥੇ ਬਹਿਣਾ ਹੀ ਆ ਤੇ ਫਿਰ ਬੰਦਾ ਕਹਿੰਦਾ ਵੀ ਯਾਰ ਮੈਂ ਪਿੰਡ ਜਾ ਕੇ ਆਪਦੇ ਕੰਮ ਕਰੇ ਆਉਣਾ। ਇਸ ਕਰਕੇ ਬਾਰਡਰਾਂ ਦੇ ਉੱਤੇ ਇਕੱਠ ਹੁਣ ਘਟਿਆ, ਤੇ ਪਰ ਗੱਲ ਇਹ ਵੀ ਜਦੋਂ ਕੋਈ ਪ੍ਰੋਗਰਾਮ ਦਿੱਤਾ ਜਾਊਗਾ ਤੇ ਇਸ ਇਕੱਠ ਦੇ ਵਿੱਚ ਫਿਰ ਵਾਧਾ ਹੋ ਜਾਣਾ। ਜੀ ਬਿਲਕੁਲ, ਤੇ ਸਰ ਹਰਿਆਣਾ 'ਚ ਕਿਸਾਨਾਂ ਨੇ ਨੇਤਾ ਵੀ ਭਜਾਏ ਨੇ ਜੀ? ਦੇਖੋ ਨੇਤਾ ਭਜਾਏ ਤਾਂ ਹੈਗੇ ਆ, ਪਰ ਭਜਦੇ ਹੋਏ ਨੇਤਾ ਵੀ ਇੰਨੇ ਢੀਠ ਆ ਵੀ ਉਹਨਾਂ ਦਾ ਅਸਰ ਕੋਈ ਨਹੀਂ ਹੁੰਦਾ ਗਾ। ਕੱਲ ਚੌਧਰੀ ਜੇਵੀ ਲਾਲ ਯੂਨੀਵਰਸਿਟੀ ਹੈਗੀ ਜਿਹੜੀ, ਉਹਦੇ ਵਿੱਚ ਕੁਝ ਕੁ ਪ੍ਰੋਗਰਾਮਾਂ ਦਾ ਉਦਘਾਟਨ ਕਰਨ ਦੇ ਲਈ ਆਏ ਸੀਗੇ ਦੁਸ਼ਯੰਤ ਚੌਟਾਲਾ ਹੋਣੀ, ਤੇ ਉੱਥੇ ਕਿਸਾਨ ਪਹੁੰਚ ਗਏ ਬਹੁਤ ਵੱਡੀ ਗਿਣਤੀ ਤੇ ਉਹਨਾਂ ਦਾ ਵਿਰੋਧ ਕਰਨ ਦੇ ਲਈ। ਪਰ ਉੱਥੇ ਪੁਲਿਸ ਦੇ ਵੱਲੋਂ ਕੰਡਿਆਲੀ ਤਾਰ ਲਾਈ ਗਈ, ਉੱਥੇ ਬਹੁਤ ਵੱਡੇ ਪ੍ਰਬੰਧ ਕੀਤੇ ਸੀਗੇ, ਪਰ ਇਸ ਦੇ ਬਾਵਜੂਦ ਬੈਰੀਕੇਡ ਟੱਪ ਕੇ, ਕੰਡਿਆਲੀਆਂ ਤਾਰਾਂ ਟੱਪ ਕੇ ਤੇ ਮੌਕੇ ਦੇ ਉੱਤੇ ਪਹੁੰਚ ਗਏ, ਉਦੋਂ ਤੱਕ ਚੌਟਾਲਾ ਹੋਣੀ ਬਹਿ ਬਹਿ ਕੇ ਨਿਕਲ ਗਏ। ਇਵੇਂ ਹਰਿਆਣੇ ਦੇ ਵਿੱਚ ਜਿਹੜੇ ਸਿੱਖਿਆ ਮੰਤਰੀ ਆ, ਉਹ ਵੀ ਇੱਕ ਥਾਂ ਦੇ ਉੱਤੇ ਪ੍ਰੋਗਰਾਮ ਦੇ ਵਿੱਚ ਜਾਣਾ ਸੀ ਉਹਨਾਂ ਨੇ, ਤੇ ਉੱਥੇ ਕਿਸਾਨ ਪਹੁੰਚ ਗਏ, ਉਹਨਾਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ। ਮਤਲਬ ਕਹਿਣ ਦਾ ਇਹ ਆ ਵੀ ਹਰਿਆਣੇ ਦੇ ਵਿੱਚ ਬਾਹਰ ਨਿਕਲਣਾ ਔਖਾ ਹੋਇਆ ਪਿਆ ਬੀਜੇਪੀ ਤੇ ਜਨ ਨਾਇਕ ਜਨਤਾ ਪਾਰਟੀ ਦੇ ਆਗੂਆਂ ਦੇ, ਪਰ ਉਹ ਫਿਰ ਵੀ ਢੀਠ ਆ, ਉਹ ਕਹਿੰਦੇ ਵੀ ਕਿਸਾਨ ਹੀ ਗਲਤ ਹਨ। ਹੁਣ ਤਾਂ ਇਹਨਾਂ ਨੇ ਇੱਕ ਗੱਲ ਹੋਰ ਹੀ ਨਵੀਂ ਕਹਿਣੀ ਸ਼ੁਰੂ ਕਰਤੀ ਕਿ ਇਹ ਕਿਸਾਨ ਨਹੀਂ, ਇਹ ਤਾਂ ਵਿਰੋਧੀ ਪਾਰਟੀਆਂ ਦੇ ਵੱਲੋਂ ਭੇਜੇ ਗਏ ਹਨ। ਇਹ ਗੱਲ ਪੰਜਾਬ ਦੇ ਵਿੱਚ ਵੀ ਕਹਿੰਦੇ ਆ, ਪੰਜਾਬ ਦੇ ਵਿੱਚ ਕਹਿ ਦਿੰਦੇ ਜੀ ਕਿ ਇਹ ਤਾਂ ਕਾਂਗਰਸ ਨੇ ਭੇਜੇ ਹਨ ਤੇ ਇਹ ਬੀਜੇਪੀ ਦੇ ਆਗੂ ਕਹਿੰਦੇ ਆ ਵੀ ਇਹ ਸਰਕਾਰ ਦੇ ਵੱਲੋਂ ਭੇਜੇ ਹਨ, ਤੇ ਉਧਰੋਂ ਖੱਟੜ ਦੇ ਸਰਕਾਰ ਦੇ ਮੰਤਰੀ ਇਹ ਗੱਲ ਕਹਿ ਦਿੰਦੇ ਜੀ ਕਿ ਬਾਕੀ ਵੱਖ ਵੱਖ ਪਾਰਟੀਆਂ ਦੇ ਭੇਜੇ ਹਨ, ਇਹ ਕਿਸਾਨ ਹਨ ਹੀ ਨਹੀਂ। ਸੋ ਹੈਰਾਨੀ ਹੁੰਦੀ ਇਸ ਗੱਲ ਦੇ ਉੱਤੇ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਹਰਿਆਣੇ ਦੇ ਵਿੱਚ ਮੁੱਠੀ ਭਰ ਕਿਸਾਨ ਆ, ਹੁਣ ਜਦੋਂ ਬਾਹਰ ਵੀ ਨਿਕਲਣ ਦੇ ਕਹਿ ਦਿੰਦੇ ਕਾਂਗਰਸੀ ਹਨ, ਤੇ ਸੱਚਾਈ ਸਮਝ ਕੇ ਰਾਜ਼ੀ ਨਹੀਂ ਹੈ। ਬਿਲਕੁਲ ਜੀ, ਆਪਣੀ ਗਲਤੀ ਮੰਨ ਕੇ ਰਾਜ਼ੀ ਨਹੀਂ ਇਹ ਸਰਕਾਰਾਂ। ਸੋ ਖੈਰ ਸਰ, ਕੋਈ ਵੈਬ ਸੀਰੀਜ਼ ਹੈ ਗ੍ਰਹਿਣ ਨਾਂ ਦੀ, ਉਹਦੇ ਉੱਪਰ ਰੋਕ ਲਗਾਉਣ ਦੀ ਮੰਗ ਕੀਤੀ ਹੈ ਬੀਬੀ ਜਗੀਰ ਕੌਰ ਹੋਰਾਂ ਨੇ। ਬਿਲਕੁਲ ਜੀ, ਇਹ ਜਿਹੜੀਆਂ ਅੱਜ ਕੱਲ੍ਹ ਚੱਲ ਰਹੀਆਂ ਵੈਬ ਸੀਰੀਜ਼ ਜਿਹੜੀਆਂ ਕਈ ਕਈ ਭਾਗਾਂ ਦੇ ਵਿੱਚ ਹੁੰਦੀਆਂ, ਇੰਟਰਨੈਟ ਦੇ ਉੱਤੇ ਆਪਾਂ ਦੇਖਦੇ ਹਾਂ ਵੱਖ ਵੱਖ ਵੈਬਸਾਈਟਾਂ ਦੇ ਉੱਤੇ, ਤੇ ਉਹਨਾਂ ਦੇ ਵਿੱਚੋਂ ਇੱਕ ਹੈਗੀ ਗ੍ਰਹਿਣ। ਇਹ 1984 ਦੇ ਉੱਤੇ ਬਣੀ ਹੋਈ ਆ, ਸਿੱਖ ਕਤਲੇਆਮ ਦੇ ਉੱਤੇ ਬਣੀ ਹੋਈ ਆ। ਇਹਦੇ ਵਿੱਚ ਕੁਝ ਕੁ ਗਲਤ ਦ੍ਰਿਸ਼ ਦਿਖਾਏ ਗਏ ਆ, ਹਾਲਾਂਕਿ ਆਪਾਂ ਦੇਖੀ ਤਾਂ ਨਹੀਂ, ਪਰ ਜੋ ਖ਼ਬਰਾਂ ਆਈਆਂ ਉਹਦੇ ਮੁਤਾਬਕ ਇਹਦੇ ਵਿੱਚ ਕੁਝ ਕੁ ਗਲਤ ਚੀਜ਼ਾਂ ਸ਼ਾਇਦ ਇਹਦੇ ਵਿੱਚ ਇੱਕ ਦ੍ਰਿਸ਼ ਵੀ ਆ ਜਿਹਦੇ ਵਿੱਚ ਸਿੱਖ ਹੀ ਸਿੱਖਾਂ ਨੂੰ ਮਾਰ ਰਿਹਾ, ਕੁਛ ਇੱਦਾਂ ਦੀ ਗੱਲ ਵੀ ਹੈਗੀ ਆ। ਸੋ ਇਸ ਗੱਲ ਦੇ ਉੱਤੇ ਬੀਬੀ ਜਗੀਰ ਕੌਰ ਦੇ ਵੱਲੋਂ ਜਿਹੜੀ ਇਹ ਸੰਬੰਧਿਤ ਵੈਬ ਸੀਰੀਜ਼ ਬਣਾਉਣ ਵਾਲੇ ਪ੍ਰਬੰਧਕ ਆ ਜਾਂ ਜਿਹੜੇ ਚੈਨਲ ਦੇ ਉੱਤੇ ਆਉਣੀ ਆ, ਉਹਦੇ ਪ੍ਰਬੰਧਕਾਂ ਨੂੰ ਨੋਟਿਸ ਭਿਜਵਾਇਆ ਗਿਆ। ਉਹਨਾਂ ਨੇ ਗੱਲ ਕਹੀ ਹੈ ਜੀ ਕਿ ਗ੍ਰਹਿਣ ਜਿਹੜੀ ਇਹ ਵੈਬ ਸੀਰੀਜ਼ ਆ, ਇਹਦੇ ਵਿਚਲੇ ਦ੍ਰਿਸ਼ ਕੱਟੇ ਜਾਣ ਜਿਹੜੇ ਕਿ ਸਿੱਖਾਂ ਦੇ ਸਨਮਾਨ ਨੂੰ ਸੱਟ ਮਾਰਨ ਵਾਲੇ ਆ, ਜਿਹੜੇ ਗਲਤ ਪੇਸ਼ਕਾਰੀ ਕਰਦੇ ਆ, ਤੇ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ ਸਿੱਖਾਂ ਦੇ ਉੱਤੇ ਆਧਾਰਿਤ, ਜਿਹੜੀ ਕਿ ਇਹਨਾਂ ਨੂੰ ਗਾਈਡ ਕਰੇ ਤੇ ਅਸੀਂ ਇਹਨਾਂ ਨੂੰ ਦੱਸਾਂਗੇ ਜੀ ਕਿ ਆਹ ਗੱਲ ਕਿਵੇਂ ਹੈ ਤੇ ਆਹ ਗੱਲ ਕਿਵੇਂ ਹੈ। ਸੋ ਆਪਦੀ ਮਰਜ਼ੀ ਦੇ ਮੁਤਾਬਕ ਜੋ ਮਰਜ਼ੀ ਬਣਾ ਕੇ ਪੇਸ਼ ਕਰ ਦਿਓ, ਏਦਾਂ ਨਹੀਂ ਹੋਊਗਾ। ਪਰ ਇੱਕ ਗੱਲ ਹੋਰ ਆ, ਦਿੱਲੀ ਦੇ ਇੱਕ ਪਾਰਕ ਦੇ ਵਿੱਚ ਹਰਿਮੰਦਰ ਸਾਹਿਬ ਦਾ ਇੱਕ ਮਾਡਲ ਬਣਾ ਲਿਆ ਗਿਆ, ਜਿਵੇਂ ਆਪਾਂ ਇੱਥੇ ਦਰਬਾਰ ਸਾਹਿਬ ਦਾ ਆਪਾਂ ਸਰੂਪ ਦੇਖਦੇ ਹਾਂ, ਬਿਲਕੁਲ ਇਹੋ ਜਿਹਾ ਨਕਸ਼ਾ ਤੇ ਇਹੋ ਜਿਹੇ ਤੌਰ ਤਰੀਕੇ ਦੇ ਨਾਲ ਬਣਾਇਆ ਗਿਆ। ਇੱਕ ਪਾਸੇ ਸਰੋਵਰ ਵੀ ਬਣਾ ਲਿਆ, ਬਹੁਤ ਵੱਡਾ ਕਮਰੇ ਨੂੰ ਮੰਗ, ਤੇ ਉਹਨੂੰ ਕੱਲ੍ਹ ਜਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਆ ਜਿਹੜੇ, ਉਹਨਾਂ ਦੇ ਵੱਲੋਂ ਹਟਵਾਇਆ ਗਿਆ। ਕਿਉਂਕਿ ਦੇਖੋ, ਜੇਕਰ ਦਰਬਾਰ ਸਾਹਿਬ ਦੇ ਮਾਡਲ ਵੀ ਐਂ ਬਣ ਲੱਗ ਪਏ ਤਾਂ ਕੱਲ੍ਹ ਨੂੰ ਤਾਂ ਕੋਈ ਹੋ ਸਕਦਾ ਕਿ ਕੋਈ ਠੇਕੇਦਾਰ ਵੀ ਬਣਾ ਲਵੇ, ਕੱਲ੍ਹ ਨੂੰ ਹੋ ਸਕਦਾ ਕੋਈ ਹੋਟਲ ਉਸ ਰੂਪ ਦੇ ਵਿੱਚ ਬਣਾ ਲਵੇ, ਕੱਲ੍ਹ ਨੂੰ ਹੋ ਸਕਦਾ ਕੋਈ ਬਾਰ ਉਸ ਰੂਪ ਦੇ ਵਿੱਚ ਬਣਾ ਲਵੇ। ਇਸ ਕਰਕੇ ਇਹ ਵਰਜਿਤ ਆ ਸਾਰਾ ਕੁਝ, ਏਦਾਂ ਨਹੀਂ ਹੋਣਾ ਚਾਹੀਦਾ। ਜੀ ਬਿਲਕੁਲ, ਪੰਜਾਬ ਦਾ ਮੌਸਮ ਕਿਹੋ ਜਿਹਾ ਜੀ?
ਪੰਜਾਬ ਦਾ ਮੌਸਮ ਜੀ ਕੱਲ ਕਾਫੀ ਗਰਮ ਹੋ ਗਿਆ ਸੀ, ਦੁਪਹਿਰੋਂ ਬਾਅਦ 39 ਡਿਗਰੀ ਟੈਂਪਰੇਚਰ ਰਿਹਾ ਕੱਲ। ਅੱਜ ਸਵੇਰ ਦੇ ਵੇਲੇ ਹੁਣ ਥੋੜੀ ਥੋੜੀ ਧੁੱਪ ਨਿਕਲੀ ਆ, ਮੌਸਮ ਅੱਜ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਸਰ, ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਜੀ। ਮਿਹਰਬਾਨੀ। ਕੀ ਗੱਲ ਰਿਤੂ, ਹਲੇ ਪਿਛਲੇ ਹਫਤੇ ਤਾਂ ਗ੍ਰੋਸਰੀ ਲੈ ਕੇ ਆਈ ਸੀ, ਅੱਜ ਫੇਰ ਲੈਣ ਚੱਲੀ ਹੈ। ਉਹ ਕੀ ਦੱਸਾਂ, ਆਪਣਿਆਂ ਦਾ ਸਟੋਰ ਦੇ ਵਿੱਚ ਹੈ ਹੀ ਨਾ ਆਪਣਾਪਨ, ਬਾਰ ਬਾਰ ਜਾਣ ਨੂੰ ਜੀ ਕਰਦਾ। ਆਪਣਿਆਂ ਦਾ ਸਟੋਰ? ਜੀ ਹਾਂ, ਆਪਣਿਆਂ ਦਾ ਸਟੋਰ ਇੰਡੋ ਸਪਾਈਸ ਵਰਲਡ। ਵਧੀਆ ਕਿਸਮ ਦੀ ਇੰਡੀਅਨ ਗ੍ਰੋਸਰੀ ਲੈਣੀ ਹੋਵੇ ਜਾਂ ਫਿਰ ਤਾਜ਼ੀਆਂ ਸਬਜ਼ੀਆਂ, ਉਹ ਵੀ ਕਿਫਾਇਤੀ ਦਾਮਾਂ ਚ, ਉਹ ਵੀ ਤੁਹਾਡੇ ਆਪਣੇ ਬਜਟ ਦੇ ਵਿੱਚ, ਤਾਂ ਇੱਕ ਨਾਮ ਯਾਦ ਰੱਖੋ, ਇੰਡੋ ਸਪਾਈਸ ਵਰਲਡ। ਇੰਡੋ ਸਪਾਈਸ ਵਰਲਡ, ਇੱਥੇ ਮਨੀ ਗ੍ਰਾਮ ਦੀਆਂ ਸੇਵਾਵਾਂ ਵੀ ਉਪਲਬਧ ਨੇ। ਇੰਡੋ ਸਪਾਈਸ ਵਰਲਡ, 12ਵੀਂ ਪੂਈ ਨੂਈ ਰੋਡ, ਪਾਪਾ ਟੋਏ ਟੋਏ। ਕਾਲ ਪਾਪਾ ਟੋਏ ਟੋਏ 09277-6007। ਮੈਨੋਰੇਵਾ 09269-5541। ਟੋਰੰਗਾ 07571-1937।